ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ। ਹੁਣ ਮਾਰਨਿੰਗ ਦੇ ਟਾਈਮ ਹੋਏ ਆ 9:30 ਦਾ। ਦੇਖੋ ਜੀ ਆਪਾਂ ਨੇ ਸਾਰਾ ਘਰ ਦਾ ਕੰਮ ਧੰਦਾ ਨਿਬੇੜ ਲਿਆ ਹੈ ਅਤੇ ਇੱਧਰ ਸਾਡੀ ਮੋਟਰ ਦੇ ਲੱਗੇ ਹੋਏ ਤਾਂ ਐਲੋਵੇਰਾ ਅਤੇ ਆਪਾਂ ਨੇ ਨਾ ਇਹ ਲਿਆਂਦਾ ਹੈ ਉੱਪਰੋਂ ਨਾ ਐਂ ਮੋਟੇ ਮੋਟੇ ਇਹਦੇ ਪੀਸ ਲਿਆਂਦੇ ਨੇ ਕੱਟ ਕੇ ਆਪਾਂ ਨੇ ਇਹਦੀ ਸਬਜ਼ੀ ਬਣਾਵਾਂਗੇ। ਦੇਖੋ ਜੀ ਇਹਦੀ ਸਬਜ਼ੀ ਨਾ ਇੰਨੀ ਜ਼ਿਆਦਾ ਗੁਣਕਾਰੀ ਹੁੰਦੀ ਹੈ ਨਾ, ਬਹੁਤ ਜ਼ਿਆਦਾ ਗੁਣਕਾਰੀ ਹੁੰਦੀ ਹੈ, ਇਹ ਆਪਾਂ ਨੂੰ ਨਾ ਖਾਣੀ ਚਾਹੀਦੀ ਹੈ। ਇਹ ਨਾ ਆਪਾਂ ਨਾ ਜਿਵੇਂ ਇਹਦੇ ਵਿੱਚੋਂ ਨਾ ਇਸ ਤਰ੍ਹਾਂ ਪੀਸ ਕੱਟ ਕੇ ਆਪਾਂ ਫੇਸ 'ਤੇ ਵੀ ਲਗਾ ਸਕਦੇ ਹਾਂ ਅਤੇ ਫੇਸ 'ਤੇ ਵੀ ਨਾ ਬਹੁਤ ਵਧੀਆ ਗਲੋ ਆਉਂਦੀ ਹੈ। ਇਹ ਦੇਖਣ ਨੂੰ ਵੀ ਜਿੰਨਾ ਵਧੀਆ ਲੱਗਦਾ ਨਾ ਉਨਾ ਹੀ ਇਹ ਜ਼ਿਆਦਾ ਗੁਣਕਾਰੀ ਹੈ। ਦੇਖੋ ਜੀ ਅਸੀਂ ਨਾ ਹਲੇ ਗਰਮੀ ਪੈਂਦੀ ਹੈ ਥੋੜ੍ਹੀ ਜ਼ਿਆਦਾ, ਅਸੀਂ ਨਾ ਥੋੜ੍ਹੇ ਜਿਹੇ ਨਾ ਘੱਟੇ ਲਿਆਉਂਦੇ ਨੇ, ਇਹਨੂੰ ਪੱਟੇ ਵੀ ਕਹਿ ਦਿੰਦੇ ਹੁੰਦੇ ਆ। ਇਹਨੂੰ ਆਪਾਂ ਛਿੱਲ ਕੇ ਨਾ ਚੰਗੀ ਤਰ੍ਹਾਂ ਫਿਰ ਇਹਦੀ ਸਬਜ਼ੀ ਬਣਾਵਾਂਗੇ। ਸਬਜ਼ੀ ਇਹਦੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਨਾ, ਬਹੁਤ ਜ਼ਿਆਦਾ। ਜਿਵੇਂ ਨਾ ਹੁਣ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਨਾ, ਗਰਮੀ ਦੇ ਵਿੱਚ ਥੋੜ੍ਹੀ ਜਿਹੀ ਨਾ ਸਬਜ਼ੀ ਘੱਟੇ ਵਧੀਆ ਲੱਗਦੀ ਹੈ ਅਤੇ ਸਰਦੀਆਂ ਦੇ ਵਿੱਚ ਹੁੰਦੀ ਹੈ ਗਰਮ, ਆਪਾਂ ਨੂੰ ਸਰਦੀਆਂ ਦੇ ਵਿੱਚ ਇਹ ਖਾਣੀ ਚਾਹੀਦੀ ਹੈ। ਚਲੋ ਜੀ ਸਾਡੇ ਫੈਮਿਲੀ ਮੈਂਬਰ ਕਹਿੰਦੇ ਵੀ ਸਾਡਾ ਦਿਲ ਕਰਦਾ ਵੀ ਸਾਨੂੰ ਸਬਜ਼ੀ ਬਣਾ ਕੇ ਤੁਸੀਂ ਦਿਓ ਜ਼ਰੂਰ। ਅਤੇ ਚਲੋ ਜੀ ਹੁਣ ਆਪਾਂ ਇਹਨੂੰ ਛਿੱਲਦੇ ਹਾਂ। ਦੇਖੋ ਪੀਸ ਦੇਖੋ ਕਿੰਨੇ ਮੋਟੇ ਮੋਟੇ ਆ, ਜਿੰਨਾ ਪੀਸ ਜ਼ਿਆਦਾ ਮੋਟਾ ਹੋਊਗਾ ਨਾ ਇੰਨੀ ਜ਼ਿਆਦਾ ਵਿੱਚੋਂ ਨਾ ਫਿਰ ਗੁੱਦ ਨਿਕਲੂਗੀ। ਅਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਛਿੱਲਦੇ ਹਾਂ, ਛਿੱਲ ਕੇ ਫਿਰ ਆਪਾਂ ਤੁਹਾਨੂੰ ਨਾ ਤੁਹਾਡੇ ਨਾਲ ਨਾ ਵੀਡੀਓ ਸ਼ੇਅਰ ਕਰਾਂਗੇ ਵੀ ਆਪਾਂ ਨੇ ਨਾ ਕਿਸ ਤਰ੍ਹਾਂ ਸਬਜ਼ੀ ਬਣਾਈ ਹੈ। ਚਲੋ ਕਰ ਲਾ ਕੋਲ ਨੂੰ ਕਰ ਲਾ ਵਿੱਚੇ ਛਿੱਲਣੇ ਆ, ਛਿੱਲ ਕੇ ਨਾ ਫਿਰ ਛਿੱਲ ਕੇ ਵਿੱਚ ਰੱਖ ਦਾਂ। ਦੇਖੋ ਜੀ ਆਪਾਂ ਨੇ ਨਾ ਉਰੇ ਦੇ ਇਸ ਤਰ੍ਹਾਂ ਕੱਟ ਕੇ ਨਾ ਇਹਦੇ ਕਿਨਾਰਿਆਂ 'ਤੇ ਨਾ ਕੰਡੇ ਕੰਡੇ ਜਿਹੇ ਲੱਗੇ ਹੋਏ ਨੇ, ਬਹੁਤ ਜ਼ਿਆਦਾ ਤਿੱਖੇ ਤਿੱਖੇ ਜਿਹੇ ਨੇ। ਹੁਣ ਜ਼ਿਆਦਾ ਖੇਤ ਕਰਕੇ ਨਾ ਜ਼ਿਆਦਾ ਫੈਲ ਗਿਆ ਇਹ, ਜਿੱਥੇ ਪਾਣੀ ਮਿਲੇ ਨਾ ਉੱਥੇ ਜ਼ਿਆਦਾ ਇਹ ਮੋਟਾ ਹੋ ਜਾਂਦਾ। ਦੇਖੋ ਜੀ ਇਹਦੇ ਵਿੱਚ ਤਾਂ ਨਾ ਬਹੁਤ ਜ਼ਿਆਦਾ ਨਾ ਪੀਸ ਜ਼ਿਆਦਾ ਨਿਕਲਣਗੇ ਮੋਟੇ ਮੋਟੇ ਜੇ, ਇਹ ਇੰਨੇ ਜ਼ਿਆਦਾ ਨਾ ਤਿਲਕ ਦੇ ਨਾ ਬਹੁਤ ਜ਼ਿਆਦਾ ਔਖਾ ਹੀ ਥੋੜ੍ਹਾ ਜਿਹਾ ਛਿੱਲ ਹੁੰਦਾ ਇਹ। ਆਪਾਂ ਤੁਹਾਨੂੰ ਛਿੱਲ ਕੇ ਦਿਖਾਉਂਦੇ ਹਾਂ। ਇਹ ਜਿਵੇਂ ਆਪਣੇ ਘਰ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨਾ ਆਪਾਂ ਨਾ ਉਹਨਾਂ ਨੂੰ ਮੱਝਾਂ ਨੂੰ ਵੀ ਪਾ ਸਕਦੇ ਹਾਂ ਆਟੇ ਦੇ ਵਿੱਚ, ਇਹਨਾਂ ਨੂੰ ਮਿਕਸ ਕਰਕੇ ਨਾ ਪੀਸ ਕੱਟ ਕੇ ਨਾ ਮਿਕਸ ਕਰਕੇ ਤੁਸੀਂ ਪਾ ਸਕਦੇ ਹਾਂ ਅਤੇ ਬਹੁਤ ਜ਼ਿਆਦਾ ਗੁਣਕਾਰੀ ਹੈ ਮੱਝਾਂ ਵਾਸਤੇ ਵੀ। ਇਹ ਆਪਾਂ ਨੂੰ ਘਰ ਦੇ ਵਿੱਚ ਨਾ ਲਾਉਣਾ ਚਾਹੀਦਾ, ਸਾਡੇ ਬਹੁਤ ਸਾਰਾ ਨਾ ਇੱਥੇ ਖੇਤ ਦੀਆਂ ਜਿਹੜੀਆਂ ਵੱਟਾਂ ਨਾ ਉਹਦੇ ਉੱਪਰ ਲਾਇਆ ਹੋਇਆ। ਦੇਖੋ ਜੀ ਆਪਾਂ ਨੇ ਜਿਹੜੇ ਵਿੱਚ ਬਿਲਕੁਲ ਵੀ ਨਾ ਇਸ ਤਰ੍ਹਾਂ ਹਰੇ ਵਾਈ ਨਹੀਂ ਛੱਡਣੀ ਹੈਗੀ, ਐਨ ਪੀਸ ਨੂੰ ਨਾ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਹੈ। ਦੇਖੋ ਹੁਣ ਆਪਾਂ ਨੇ ਇਹ ਕਰਤਾ ਨਾ ਕਰਕੇ ਆਪਾਂ ਨਾ ਫਿਰ ਵਿੱਚੋਂ ਇਹਦੇ ਪੀਸ ਕੱਟਦੇ ਹਾਂ ਵੀ ਕਿਸ ਤਰ੍ਹਾਂ ਉਤਾਰਨਾ, ਇਹ ਔਖਾ ਹੀ ਹੈ ਥੋੜ੍ਹਾ ਜਿਹਾ ਉਤਾਰਨਾ, ਇਹ ਹੱਥ ਦੇ ਵਿੱਚੋਂ ਨਾ ਤਿਲਕਦਾ ਜਾਂਦਾ। ਦੇਖੋ ਆਪਾਂ ਨੇ ਇਸ ਤਰ੍ਹਾਂ ਦੇ ਪੀਸ ਕੱਟ ਲਏ ਨੇ, ਦੇਖੋ ਲਿਆ ਰੇਖਾ ਹਾ ਦੇ ਮੈਨੂੰ ਪ੍ਰਾਂਤ। ਆਪਾਂ ਨੇ ਸਾਰੇ ਪੀਸ ਤਾਰ ਕੇ ਨਾ ਇਸ ਤਰ੍ਹਾਂ ਰੱਖ ਲਾਂਗੇ। ਤੁਸੀਂ ਛਿੱਲੋ ਫਟਾਫਟ, ਇਹਨੂੰ ਟਾਈਮ ਬਹੁਤ ਲੱਗਣਾ ਹੈ, ਫਿਰ ਇਹਨੂੰ ਧੋ ਕੇ ਨਾ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਸੁਕਾਉਣਾ ਵੀ ਹੈ ਥੋੜ੍ਹਾ ਜਿਹਾ। ਦੇਖੋ ਕਿੰਨੀ ਜ਼ਿਆਦਾ ਜੈਲ ਨਿਕਲਦੀ ਹੈ ਵਿੱਚੋਂ ਇਹਦੇ, ਜਿਹੜੇ ਆਪਾਂ ਇਹ ਨਾ ਬਹੁਤ ਧਿਆਨ ਨਾਲ ਨਾ ਇਸ ਤਰ੍ਹਾਂ ਛਿੱਲਣਾ ਪੈਂਦਾ ਹੈ ਅਤੇ ਸਬਜ਼ੀ ਤਾਂ ਇਹਦੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਨਾ, ਬਹੁਤ ਜ਼ਿਆਦਾ। ਜੇ ਜਿਹੜਾ ਬੰਦਾ ਨਹੀਂ ਖਾਂਦਾ ਨਾ ਇੱਕ ਵਾਰ ਇਹ ਸਬਜ਼ੀ ਖਾ ਕੇ ਦੇਖੇ ਉਹਦਾ ਨਾ ਵਾਰ ਵਾਰ ਦਿਲ ਕਰੂਗਾ ਵੀ ਇਹ ਸਬਜ਼ੀ ਤੁਸੀਂ ਬਣਾ ਕੇ ਮੈਨੂੰ ਜ਼ਰੂਰ ਦਿਓ। ਸਾਡੀ ਫੈਮਿਲੀ ਨੂੰ ਇੰਨੀ ਜ਼ਿਆਦਾ ਸਬਜ਼ੀ ਪਸੰਦ ਆਉਂਦੀ ਹੈ ਨਾ, ਅਸੀਂ ਤਾਂ ਕੁਛ ਗਰਮੀ ਕਰਕੇ ਨਹੀਂ ਨਾ ਹਲੇ ਬਣਾਉਂਦੇ ਹੈਗੇ, ਸਰਦੀਆਂ ਦੇ ਵਿੱਚ ਤਾਂ ਅਸੀਂ ਦੂਜੇ ਤੀਜੇ ਦਿਨ ਇਹਦੀ ਸਬਜ਼ੀ ਬਣਾਉਂਦੇ ਹੀ ਬਣਾਉਂਦੇ ਹਾਂ। ਆਪਾਂ ਨੇ ਇੱਕ ਤੁਹਾਡੇ ਨਾਲ ਵੀਡੀਓ ਨਹੀਂ ਕਦੇ ਸ਼ੇਅਰ ਕੀਤੀ ਹੈਗੀ ਅਤੇ ਹੁਣ ਆਪਾਂ ਸਰਦੀਆਂ ਦੇ ਵਿੱਚ ਜਦੋਂ ਵੀ ਬਣਾਏ ਕਰਾਂਗੇ ਨਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰੇ ਕਰਾਂਗੇ। ਰੇਖਾ ਕਹਿੰਦੀ ਦੀਦੀ ਤੁਸੀਂ ਮੈਨੂੰ ਸਬਜ਼ੀ ਸਿਖਾਓ, ਕਹਿੰਦੀ ਫਿਰ ਮੈਂ ਵੀ ਸਬਜ਼ੀ ਬਣਾਇਆ ਕਰੂੰਗੀ। ਇੱਕ ਵਾਰ ਜਾਂ ਤਾਂ ਸਬਜ਼ੀ ਖਾ ਲਈ ਨਾ ਬਹੁਤ ਜ਼ਿਆਦਾ ਦੇਖੀ ਕਿੰਨੀ ਵਧੀਆ ਲੱਗਣੀ ਆ। ਇਹ ਆਪਾਂ ਨੇ ਨਾ ਤਰੀ ਵਾਲੀ ਸਬਜ਼ੀ ਬਣਾਵਾਂਗੇ, ਇਹ ਬਹੁਤ ਜ਼ਿਆਦਾ ਨਾ ਤਿਲਕਦਾ ਏ ਹੱਥ ਪਰ। ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਸਾਰਾ ਛਿਲਕਾ ਉਤਾਰ ਲਿਆ ਹੈ।
ਬਿਲਕੁਲ ਵੀ ਨਾ ਕੁਛ ਨਹੀਂ ਇਹਦੇ ਵਿੱਚ ਹਰਾ ਹਰਾ ਜਿਹਾ ਪੱਤਾ ਛੱਡਣਾ ਹੈਗਾ, ਉਹਨੂੰ ਐਂ ਚੰਗੀ ਤਰ੍ਹਾਂ ਸਾਫ਼ ਕਰ ਦੇਣਾ। ਆਹ ਦੇਖੀ ਹਾਂ ਹੱਥ 'ਚੋਂ ਤਿਲਕਦਾ ਜਾਂਦਾ। ਚਲੋ ਜੀ ਇਹਨੂੰ ਨਾ ਹੁਣ ਕਾਫ਼ੀ ਟਾਈਮ ਲੱਗ ਜਾਣਾ ਹੈ ਅਤੇ ਆਪਾਂ ਤੁਹਾਨੂੰ ਨਾ ਛਿਲਕੇ ਹੀ ਮਿਲਾਂਗੇ। ਹੁਣ ਆਪਾਂ ਨੇ ਤੁਹਾਨੂੰ ਦਿਖਾਤਾ ਵੀ ਇਹਦਾ ਛਿਲਕਾ ਕਿਵੇਂ ਕਰਨਾ ਹੈ ਜੀ। ਆਪਾਂ ਨੇ ਨਾ ਐਲੋਵੇਰਾ ਨਾਲ ਸਾਰਾ ਛਿਲਕੇ ਨਾ ਦੇਖੋ ਆਪਾਂ ਨੇ ਵਿੱਚੋਂ ਨਾ ਇਸ ਤਰ੍ਹਾਂ ਪੀਸ ਕੱਢ ਲਏ ਨੇ, ਦੇਖੋ ਕਿੰਨਾ ਵਧੀਆ ਹੈ। ਜਿੰਨੇ ਮੋਟੇ ਜ਼ਿਆਦਾ ਪੀਸ ਹੋਣਗੇ ਨਾ ਉਨੀ ਜ਼ਿਆਦਾ ਵਿੱਚੋਂ ਗੁੱਦ ਨਿਕਲੂਗੀ। ਅਤੇ ਹੁਣ ਆਪਾਂ ਨੇ ਇਹਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਨਾ ਐਨ ਚੰਗੀ ਤਰ੍ਹਾਂ ਵਾਸ਼ ਕਰਾਂਗੇ। ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਮੋਟਰ ਚੱਲਦੀ ਹੈ। ਛਾਰਣੀ ਲੈ ਲਈ ਹੈ, ਛਾਰਣੀ ਦੇ ਵਿੱਚ ਨਾ ਇਹ ਚੰਗੀ ਤਰ੍ਹਾਂ ਪਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ। ਜਲਦੀ ਆਪਾਂ ਨੂੰ ਚਾਹੀਦਾ ਖੁੱਲ੍ਹਾ ਪਾਣੀ ਅਤੇ ਆਪਾਂ ਨੇ ਇਹ ਛਾਰਣੀ 'ਚ ਪਾ ਕੇ ਨਾ ਇਹਨੂੰ ਐਂ ਚੰਗੀ ਤਰ੍ਹਾਂ ਧੋਵਾਂਗੇ। ਇਹ ਪਾਣੀਆਂ ਦੇ ਵਿੱਚ ਨਾ ਚੰਗੀ ਤਰ੍ਹਾਂ ਮਲ ਮਲ ਕੇ ਨਾ ਵਾਸ਼ ਕਰ ਲਿਆ ਹੈ ਅਤੇ ਹੁਣ ਐਨ ਬਿਲਕੁਲ ਸਾਫ਼ ਹੋ ਗਿਆ। ਹੁਣ ਆਪਾਂ ਨੇ ਇਹਨੂੰ ਨਾ ਸੁੱਕਣ ਵਾਸਤੇ ਰੱਖਾਂਗੇ। ਆਪਾਂ ਐਲੋਵੇਰਾ ਦੀ ਸਬਜ਼ੀ ਨੂੰ ਲਾਉਣ ਲੱਗੇ ਹਾਂ ਤੜਕਾ। ਇਹ ਤੜਕਾ ਆਪਾਂ ਲਾਵਾਂਗੇ ਸਰ੍ਹੋਂ ਦੇ ਤੇਲ ਦੇ ਵਿੱਚ। ਇੰਨਾ ਕੁ ਆਪਾਂ ਨੇ ਤੇਲ ਪਾ ਲਿਆ ਹੈ। ਦੇਖੋ ਜੀ ਆਪਾਂ ਨੇ ਨਾ ਐਲੋਵੇਰਾ ਨੂੰ ਨਾ ਐਨ ਚੰਗੀ ਤਰ੍ਹਾਂ ਨਾ ਇੱਕ ਘੰਟੇ ਲਈ ਨਾ ਐਨ ਚੰਗੀ ਤਰ੍ਹਾਂ ਸੁਕਾਇਆ ਹੈ। ਦੇਖੋ ਐਨ ਸੁੱਕ ਕੇ ਨਾ ਐਨ ਚੰਗੀ ਤਰ੍ਹਾਂ ਹੋ ਗਿਆ ਹੈ ਅਤੇ ਅੱਗੇ ਦਾ ਪਹਿਲਾਂ ਤਾਂ ਇੰਨਾ ਜ਼ਿਆਦਾ ਤਿਲਕਦਾ ਤਾ ਨਾ। ਆਪਾਂ ਨੇ 6-7 ਪਾਣੀਆਂ ਦੇ ਵਿੱਚ ਇਹਨੂੰ ਐਨ ਚੰਗੀ ਤਰ੍ਹਾਂ ਵਾਸ਼ ਕਰਿਆ ਹੈ। ਵਾਸ਼ ਕਰਕੇ ਐਨ ਇੱਕ ਘੰਟੇ ਦੀ ਆਪਾਂ ਨੇ ਧੁੱਪਾਂ ਲਵਾਈ ਹੈ। ਹੁਣ ਆਪਣਾ ਤੇਲ ਗਰਮ ਹੋ ਜਾਣਾ, ਇਹਦੇ ਵਿੱਚ ਆਪਾਂ ਨਾ ਫਿਰ ਇਹਨੂੰ ਫਰਾਈ ਕਰਾਂਗੇ। ਤੇਲ ਐਂ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਅਤੇ ਆਪਾਂ ਨਾ ਹੁਣ ਇਹਦੇ ਇਹਨੂੰ ਨਾ ਵਿੱਚ ਪਾ ਦਾਂਗੇ। ਅਤੇ ਆਪਾਂ ਨਾ ਹੁਣ ਇਹਨੂੰ ਐਂ ਚੰਗੀ ਤਰ੍ਹਾਂ ਨਾ ਫਰਾਈ ਕਰਾਂਗੇ। ਦੇਖੋ ਜੀ ਇਹਦੀ ਸਬਜ਼ੀ ਨਾ ਬਹੁਤ ਜ਼ਿਆਦਾ ਗੁਣਕਾਰੀ ਹੁੰਦੀ ਹੈ। ਜਿੰਨਾ ਚਿਰ ਇਹ ਪੂਰੇ ਨਾ ਲਾਲ ਜੇ ਕਲਰ ਜੇ ਨਾ ਉਹ ਨਾ ਛੱਡ ਜਾਵੇ ਉਨਾ ਚਿਰ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਐਨ ਫਰਾਈ ਕਰੀ ਜਾਣਾ। ਬਿਲਕੁਲ ਵੀ ਨਾ ਸਬਜ਼ੀ ਕੌੜੀ ਨਹੀਂ ਬਣੂਗੀ। ਇਹਨੂੰ ਬਣਾਉਣ ਦੇ ਵਿੱਚ ਮਿਹਨਤ ਤਾਂ ਜ਼ਰੂਰ ਆਉਂਦੀ ਹੈ ਅਤੇ ਅਸੀਂ ਸਵੇਰੇ ਹੀ ਤਿਆਰ ਕਰਕੇ ਰੱਖ ਦਿੱਤੇ ਤੇ ਹੈ ਨਾ ਪੀਸ ਪੂਸ ਕੱਟ ਕੇ ਧੁੱਪਾਂ ਲਵਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਐਂ ਚੰਗੀ ਤਰ੍ਹਾਂ ਫਰਾਈ ਕਰ ਦਿੱਤਾ ਹੈ। ਦੇਖੋ ਇਹਦਾ ਨਾ ਰੰਗ ਚੇਂਜ ਹੋ ਗਿਆ ਹੈ। ਹੁਣ ਆਪਾਂ ਨੇ ਇਹਨੂੰ ਬਾਹਰ ਕੱਢ ਲੂੰਗੇ। ਦੇਖ ਲਾ ਪੂਰਾ ਰੇਖਾ ਇੱਕ ਥਾਲ ਭਰਿਆ ਹੋਇਆ ਤਾਂ ਇਹ ਜਦ ਆਪਾਂ ਨੇ ਸਵੇਰੇ ਨਾ ਪੀਸ ਕੱਟੇ ਇਹਦੇ ਦੇਖ ਲਾ ਫਰਾਈ ਕਰਕੇ ਨਾ ਜਮਾਂ ਹੀ ਥੋੜ੍ਹਾ ਜਿਹਾ ਹੋ ਗਿਆ ਐਨ। ਆਪਾਂ ਨੇ ਨਾ ਇਸ ਤਰ੍ਹਾਂ ਦਬਾ ਦਵਾ ਕੇ ਨਾ ਸਾਰਾ ਨਾ ਤੇਲ ਆਪਾਂ ਨੇ ਕੱਢ ਦੇਣਾ ਹੈ। ਹੁਣ ਜਿਹੜਾ ਆਪਣੇ ਕੋਲ ਵਾਧੂ ਤੇਲ ਹੋਊਗਾ ਨਾ ਆਪਾਂ ਨੇ ਇਹ ਵੀ ਕੱਢ ਦੇਣਾ ਹੈ। ਆਪਾਂ ਨੇ ਨਾ ਪੇਸਟ ਬਣਾਇਆ ਹੋਇਆ ਹੈ ਆਪਾਂ ਇਹ ਵਿੱਚ ਪਾ ਦਾਂਗੇ। ਦੇਖੋ ਜੀ ਆਪਾਂ ਨੇ ਇਹ ਬਣਾਉਣਾ ਹੈ ਤਲੀ ਵਾਲਾ। ਆਪਾਂ ਸੁੱਕਾ ਵੀ ਬਣਾ ਸਕਦੇ ਜੇ ਆਪਾਂ ਨੇ ਸੁੱਕਾ ਬਣਾਉਣਾ ਤਾਂ ਆਪਾਂ ਨਾ ਪਿਆਜ਼ ਕੱਟ ਕੇ ਬਣਾਵਾਂਗੇ। ਇਹ ਆਪਾਂ ਨੇ ਤਰੀ ਵਾਲਾ ਬਣਾਉਣਾ ਆਪਾਂ ਨੇ ਬਣਾਇਆ ਇਹ ਪੇਸਟ ਬਣਾ ਕੇ ਤਾਂ ਕਿ ਨਾ ਜਿਹੜੀ ਇਹਦੀ ਤਰੀ ਹੈ ਨਾ ਉਹ ਚੰਗੀ ਤਰ੍ਹਾਂ ਐਨ ਗਾੜੀ ਹੋਵੇ। ਇਹਨਾਂ ਆਪਾਂ ਨੇ ਪਾ ਲਿਆ ਜੀਰਾ। ਆਪਣਾ ਮਸਾਲੇ ਨੂੰ ਐਨ ਭੁੰਨ ਕੇ ਸਬਜ਼ੀ ਬਣਾਵਾਂਗੇ ਜਿੰਨਾ ਚਿਰ ਨਾ ਪਿਆਜ਼ ਗੋਲਡ ਬਰਾਊਨ ਨਾ ਹੋ ਜਾਣ।
जी अपना ना मसाला हुण ऐ चंगी तरह गोल्ड ब्राउन हो गया, इहदे विच ना आपां सुक्के मसाले ऐड कर दिंदे आ। सुक्के मसाले ऐड करन तों बाद ना फिर आपां पावांगे टमाटरां दा पावांगे पेस्ट। हुण आपां ने ना टमाटरां दा पेस्ट पा दित्ता है। आपां इक चमचा पावांगे विच देगी मिर्च दा, जिहड़ी देगी मिर्च होंदी है ना इह कलर वास्ते होंदी है, इह बिल्कुल कौड़ी नहीं होंदी हैगी। इहदे नाल पाउण नाल ना सब्जी दा कलर बहुत ज़्यादा आउंदा है। देखो उन्ना चिर आपां भुन्नांगे जिन्ना चिर ना अपना ना मसाला तेल ना छड़ जावे। देखो देखो जी अपने मसाले ने ना इन्नियां ज़्यादा खुशबूआं छड़ दित्तियां ने ते अज इन्नी ज़्यादा टेस्टी सब्जी बनूंगी ना ते सारे अज उंगलियां चट जाएंगे। देखो जी अपने मसाले ने ना चंगी तरह घ्यो छड़ दिता है ते जेड़ा अपने कोल ना ये एलोवेरा ना फ्राई किया हुआ था इनू आपां ऐ चंगी तरह विच मिक्स कर देंगे मसाले दे। मसाले दे मिक्स करन तो बाद ना इनू एक दो मिनट का ना चंगी तरह तुसीं सेक लो, सेक दवा लवा लेना विच इहदे। उससे मगरों ना आपां फिर थोड़ा जिहा विच पावांगे पानी। देखो जी जिन्नी आपां ने ना तरी रखनी है ना सब्जी की आपां उहदे हिसाब नाल आपां पानी ऐड कर देंगे। हुण देखो एलोवेरा ना मसाले दे विच ऐ चंगी तरह मिक्स हो गया है ते आपां सब इहनूं ना आपां थोड़ा जिहा सेक होर लवा लैंदे आ। सेक लगाने के बाद ना फिर आप पानी पा देंगे। देखो जी सब्जी बनानी कोई ज़्यादा औखी नहीं हैगी, बस तैयारी करने ज़्यादा टाइम लगता है। बस इन्हें तो सिर्फ ना 15-20 मिनट के अपनी सब्जी बन के हो जानी है तैयार। तुसी परौंठे नाल खा सकते हो, रोटी नाल खा सकते हो, जिदे नाल भी थोड़ा दिल करता है। चलो जी हुण आपां ना जिन्ना कु आपां ने ना तरी रखनी है उन्ना कु आपां पानी पा दिंदे आ। देखो जी अपने पा दिता हूँ पानी, ऐनका नहीं तुम मेरिया लेके आए हसी है मेरी है। हाँ तो जी हूँ अपने चंगी तरह ढक दें जी, जब बन जूगे ना अपना फिर थोड़े दिखावे। चलो जी अपनी ना एलोवेरा की सब्जी बन के हो गई है तैयार ते देखो किन्नी वधिया बनी है, बहुत ज्यादा टेस्टी बनी है ते कलर देखो किन्ना वधिया आया। देखो जी ये सब्जी इन्नी ज़्यादा गुणकारी होंगी है ना बहुत ज़्यादा, तो तुम भी अपने ना घर बना के जरूर देखियो। चलो जी हूँ आपां वीडियो दे एंड इत्थे करते हैं, मिलते हैं हूँ अगली वीडियो। मेरे वालों सारे जी प्यार भरी सत श्री अकाल।